सत श्री अकाल जी, ਤੁਹਾਡਾ ਸਾਡੇ ਚੈਨਲ 'ਚ ਸਵਾਗਤ ਹੈ। ਅੱਜ ਅਸੀਂ ਡਾਇਰੈਕਟਰ, ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ਬਾਰੇ ਗੱਲ ਕਰਾਂਗੇ। ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੀ, ਤਾਂ ਇਹਨਾਂ ਨੇ ਸੰਨ 2017 ਵਿੱਚ ਪੰਜਾਬੀ ਇੰਡਸਟਰੀ ਵਿੱਚ ਡੈਬਿਊ ਕੀਤਾ ਸੀ ਰੌਕੀ ਮੈਂਟਲ ਮੂਵੀ ਨਾਲ। ਇਹ ਮੂਵੀ ਬਹੁਤ ਸੁਪਰ ਡੁਪਰ ਹਿੱਟ ਹੋਈ ਸੀ ਅਤੇ ਇਸ ਮੂਵੀ ਨੂੰ ਬਾਅਦ ਹਿੰਦੀ ਵਿੱਚ ਡੱਬ ਵੀ ਕੀਤਾ ਗਿਆ ਸੀ ਅਤੇ ਹਿੰਦੀ ਵਿੱਚ ਵੀ ਇਸ ਮੂਵੀ ਨੇ ਬਹੁਤ ਕਮਾਲ ਕੀਤਾ ਸੀ। ਇਸ ਮੂਵੀ ਨੂੰ ਵਿਕਰਮ ਥੋਰੀ ਨੇ ਲਿਖਿਆ ਵੀ ਸੀ ਅਤੇ ਡਾਇਰੈਕਟ ਵੀ ਕੀਤਾ ਹੈ ਅਤੇ ਵਿਕਰਮ ਥੋਰੀ ਹੁਣ ਇੱਕ ਹੋਰ ਪੰਜਾਬੀ ਮੂਵੀ ਲੈ ਕੇ ਆ ਰਹੇ ਨੇ। ਜੀ ਹਾਂ, ਇਸ ਮੂਵੀ ਦੇ ਵਿੱਚ ਪਰਮੀਸ਼ ਵਰਮਾ, ਤਨੂ ਸਿੰਘ ਗਿੱਲ, ਮਹਾਂਵੀਰ ਭੁੱਲਰ, ਜਗਦੀਪ ਸੰਧੂ, ਕੁਲਜਿੰਦਰ ਕੁੱਲਰ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਦਾ ਨੇਮ ਹੋਏਗਾ ਮੈਂਟਲ ਰਿਟਰਨਸ। ਜੀ ਹਾਂ, ਇਹ ਰੌਕੀ ਮੈਂਟਲ ਦਾ ਸੀਕੁਅਲ ਹੈ ਅਤੇ ਇਸ ਮੂਵੀ ਦਾ ਨੇਮ ਹੈ ਮੈਂਟਲ ਰਿਟਰਨਸ। ਇਹ ਮੂਵੀ ਅਗਲੇ ਸਾਲ ਯਾਨੀ ਕਿ 15 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ ਸੰਨ 2024 ਦੇ ਵਿੱਚ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਮੂਵੀ ਦੀ ਜਲਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਧੰਨਵਾਦ।